ਹੁਣ ਆਪਾਂ ਕਰਨ ਜਾ ਰਹੇ ਹਾਂ ਦਾ ਨੈਕਸਟ ਪਾਰਟ ਸਮਾਸੀ ਸ਼ਬਦ। ਇਹ ਬੜੇ ਇੰਪੋਰਟੈਂਟ ਨੇ ਅਤੇ ਬਹੁਤ ਸਿੰਪਲ ਹੁੰਦੇ ਨੇ, ਬਟ ਫਿਰ ਵੀ ਕਈ ਬੱਚਿਆਂ ਨੂੰ ਪਤਾ ਨਹੀਂ ਇਸ ਕਰਕੇ ਉਹਦੇ ਨੰਬਰ ਗਵਾ ਬੈਂਦੇ ਨੇ। ਤਾਂ ਇਹਨੂੰ ਇਹਦੇ ਆਪਾਂ ਪ੍ਰੀਵੀਅਸ ਈਅਰ ਸਾਰੇ ਕੁਸ਼ਚਨ ਕਰਾਂਗੇ। ਪੈਨ ਕਾਪੀ ਚੱਕ ਲਓ ਅਤੇ ਮਾਰਕਸ ਨੋਟ ਕਰਿਆ ਜੇ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਥਿਊਰੀ ਸਮਝਾ ਦੇਣਾ ਤਾਂ ਕਿ ਤੁਹਾਨੂੰ ਸਮਾਸੀ ਸ਼ਬਦ ਕਈਆਂ ਨੂੰ ਯਾਦ ਨਹੀਂ ਹੋਣਗੇ, ਉਹ ਯਾਦ ਆ ਜਾਣਗੇ, ਠੀਕ ਹੈ ਜੀ। ਤਾਂ ਬਸ ਸਮਾਸੀ ਸ਼ਬਦ ਪਹਿਲਾਂ ਦੇਖਦੇ ਹੁੰਦੇ ਕਿਹੜੇ ਨੇ। ਦੇਖੋ, ਜੋ ਰਚਿਤ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਮੇਲ ਨਾਲ ਬਣਦੇ ਹਨ ਉਹਨਾਂ ਨੂੰ ਆਪਾਂ ਸਮਾਸੀ ਸ਼ਬਦ ਕਹਿੰਦੇ ਹਾਂ। ਜਿਹੜੇ ਰਚਿਤ ਸ਼ਬਦ ਹੁੰਦੇ ਨੇ, ਜਿਹੜੇ ਦੋ ਜਾਂ ਦੋ 'ਚੋਂ ਵੱਧ, ਮਤਲਬ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਮੇਲ ਨਾਲ ਬਣਨ, ਜਿਨ੍ਹਾਂ ਦੇ ਵਿੱਚ ਸੰਬੰਧਕ ਜਾਂ ਯੋਜਕ ਦੀ ਵਰਤੋਂ ਨਹੀਂ ਕੀਤੀ ਜਾਂਦੀ, ਠੀਕ ਹੈ, ਅਤੇ ਉਹਨਾਂ ਨੂੰ ਜੋੜਨੀ, ਠੀਕ ਹੈ, ਜੋੜਨੀ ਦੀ ਵਰਤੋਂ ਨਾਲ ਜੋੜਿਆ ਜਾਂਦਾ, ਠੀਕ ਹੈ ਨਾ। ਆਪਾਂ ਵੇਖਦੇ ਹਾਂ ਤਿੰਨ ਚਾਰ ਦਿਨ ਸਮਝ ਆਉਣਗੇ। ਪਹਿਲਾਂ ਸਮਾਨਾਰਥਕ ਸ਼ਬਦਾਂ ਦਾ ਸੁਮੇਲ ਨਾਲ, ਮਤਲਬ ਜਿਹੜੇ ਦੋ ਇੱਕੋ ਵਰਗੇ ਸ਼ਬਦਾਂ ਦੇ ਮੇਲ ਨਾਲ ਬਣਨ ਸਮਾਸੀ ਸ਼ਬਦ, ਜਿਵੇਂ ਕੰਮ ਅਤੇ ਧੰਦਾ, ਕੰਮ ਧੰਦਾ, ਸਾਖ ਅਤੇ ਸੰਬੰਧੀ, ਸਾਖ ਸੰਬੰਧੀ, ਭੰਨ ਅਤੇ ਤੋੜ, ਭੰਨ ਤੋੜ, ਵਿਆਹ ਅਤੇ ਸ਼ਾਦੀ, ਵਿਆਹ ਸ਼ਾਦੀ, ਇਹਨਾਂ 'ਚ ਜੋੜਨੀ ਲੱਗਦੀ ਹੈ। ਤੁਸੀਂ ਵੇਖੋ ਸਾਰਿਆਂ ਦੇ ਵਿੱਚ ਜੋੜਨੀ ਲੱਗੀ ਹੋਈ ਹੈ, ਠੀਕ ਹੈ। ਇੱਥੇ ਜੋੜਨੀ ਲੱਗੀ ਹੈ, ਇੱਥੇ ਜੋੜਨੀ ਲੱਗੀ ਹੈ, ਜੋੜਨੀ ਲੱਗੀ ਹੈ, ਜੋੜਨੀ ਲੱਗੀ ਹੈ, ਤਾਂ ਜੋੜੀ ਨਾਲ ਅਤੇ ਸਾਰੇ ਹੈਗੇ ਵੀ ਇੱਕੋ ਵਰਗੇ ਨੇ, ਠੀਕ ਹੈ। ਅਗਲਾ ਜੀ, ਦੋ ਵੱਖ ਵੱਖ ਪਦ ਜੋੜ ਕੇ, ਮਤਲਬ ਦੋ ਅਲੱਗ ਅਲੱਗ ਸ਼ਬਦ ਜੋੜ ਕੇ ਬਣਾਏ ਜਾਣ, ਜਿਵੇਂ ਜੀ ਪਸ਼ੂ ਅਤੇ ਪੰਛੀ, ਅਖੰਡ ਅਤੇ ਪਾਠ, ਲੂਣ ਅਤੇ ਮਿਰਚ, ਸਵੈ ਅਤੇ ਜੀਵਨੀ, ਇਦੋਂ ਅਲੱਗ ਅਲੱਗ ਨੇ, ਇਹਨਾਂ ਦਾ ਕੋਈ ਮਤਲਬ ਤਾਂ ਨਹੀਂ। ਅਖੰਡ ਮਤਲਬ ਅਲੱਗ, ਪਾਠ ਮਤਲਬ ਅਲੱਗ, ਅਖੰਡ ਪਾਠ, ਪਸ਼ੂ ਅਲੱਗ ਹੁੰਦੇ ਨੇ, ਪੰਛੀ ਅਲੱਗ, ਪਸ਼ੂ ਪੰਛੀ, ਲੂਣ ਅਲੱਗ ਹੈ, ਮਿਰਚ ਅਲੱਗ ਹੈ, ਲੂਣ ਮਿਰਚ, ਐਵੇਂ। ਅਗਲਾ ਥਰਡ ਪਾਰਟ, ਜਦੋਂ ਆਪਾਂ ਦੋ ਵਿਰੋਧੀ ਸ਼ਬਦ ਜਾਂ ਦੋ ਵਿਰੋਧੀ ਅਰਥਾਂ ਵਾਲੇ ਸ਼ਬਦ ਜੋੜੀਏ, ਜਿਵੇਂ ਜਿੱਤ ਅਤੇ ਹਾਰ, ਜਿੱਤ ਹਾਰ, ਦਿਨ ਅਤੇ ਰਾਤ, ਦਿਨ ਰਾਤ, ਔਖਾ ਅਤੇ ਸੌਖਾ, ਔਖਾ ਸੌਖਾ, ਅੱਗੇ ਅਤੇ ਪਿੱਛੇ, ਅੱਗੇ ਪਿੱਛੇ, ਇਹ ਸਮਾਸੀ ਸ਼ਬਦ ਨੇ। ਸਾਰਥਕ ਅਤੇ ਨਿਰਾਰਥਕ ਸ਼ਬਦ, ਸਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਮਤਲਬ ਹੋਵੇ, ਨਿਰਾਰਥਕ ਜਿਨ੍ਹਾਂ ਦਾ ਕੋਈ ਅਰਥ ਨਾ ਹੋਵੇ, ਜਿਵੇਂ ਪਾਣੀ ਤਾਣੀ, ਰੋਲਾ ਰੱਪਾ, ਰੋਟੀ ਰਾਟੀ, ਭੀੜ ਭੜੱਕਾ, ਠੀਕ ਹੈ। ਜਿਵੇਂ ਤਾਣੀ ਦਾ ਕੋਈ ਮਤਲਬ ਨਹੀਂ, ਰੱਪਾ ਦਾ ਕੋਈ ਮਤਲਬ ਨਹੀਂ, ਰਾਟੀ ਦਾ ਕੋਈ ਮਤਲਬ ਨਹੀਂ, ਤਾਂ ਸਾਰਥਕ ਅਤੇ ਨਿਰਾਰਥਕ ਸ਼ਬਦਾਂ ਨੂੰ ਮੇਲ ਨਾਲ ਜਿਹੜੇ ਬੰਦੇ ਨੇ ਉਹ ਹੁੰਦੇ ਨੇ, ਉਹ ਵੀ ਇੱਕ ਤਰ੍ਹਾਂ ਦੇ ਸਮਾਸੀ ਸ਼ਬਦ ਹੁੰਦੇ ਨੇ। ਅਗਲਾ ਵਾਕਾਂਸ਼ ਦੇ ਆਧਾਰ 'ਤੇ, ਮਤਲਬ ਇੱਕ ਵੱਡਾ ਵਾਕਾਂਸ਼ ਉਹਨੂੰ ਆਪਾਂ ਛੋਟਾ ਕਰਕੇ ਸਮਾਸੀ ਸ਼ਬਦ ਬਣਾ ਦੀ, ਜਿਵੇਂ ਘੋੜੇ 'ਤੇ ਸਵਾਰ, ਘੋੜ ਸਵਾਰ, ਖੂਨ ਦਾ ਦਾਨ, ਖੂਨਦਾਨ, ਖੇਡ ਦਾ ਮੈਦਾਨ, ਖੇਡ ਦਾ ਮੈਦਾਨ, ਖੇਡ ਮੈਦਾਨ, ਤਾਂ ਇਹ ਸਾਰੇ ਇਹ ਕਿਹੜੇ ਨੇ, ਇਹ ਸਾਰੇ ਸਮਾਸੀ ਸ਼ਬਦ। ਇੱਕ ਹੀ ਸ਼ਬਦ ਦਾ ਦੁਹਰਾਵ, ਜਦੋਂ ਇੱਕ ਸੇਮ ਸ਼ਬਦ ਵਾਰੀ ਵਾਰੀ ਦੁਹਰਾਈਏ, ਜਿਵੇਂ ਹੌਲੀ ਹੌਲੀ, ਠੀਕ ਹੈ, ਵਾਰ ਵਾਰ, ਹੱਸ ਹੱਸ ਕੇ ਦਿਖਾ ਰਿਹਾ ਸੀ, ਆਪਾਂ ਕਹਿੰਦੇ ਵਾਰ ਵਾਰ ਮੇਰੀ ਵਾਰ ਵੇਖ ਰਿਹਾ ਸੀ, ਹੌਲੀ ਹੌਲੀ ਚੱਲ ਰਿਹਾ ਸੀ, ਇਹ ਸਾਰੇ ਕਿਹੜੇ ਨੇ, ਸਮਾਸੀ ਸ਼ਬਦ। ਹੁਣ ਆਪਾਂ ਇਹਦੇ ਪ੍ਰੀਵੀਅਸ ਈਅਰ ਕੁਸ਼ਚਨ ਕਰਨ ਜਾ ਰਹੇ ਹਾਂ, ਤੁਹਾਨੂੰ ਹੋਪਸ ਹੋ ਤੁਹਾਨੂੰ ਥੋੜ੍ਹਾ ਸਾ ਸਮਾਸੀ ਸ਼ਬਦ ਸਮਝ ਆ ਗਿਆ ਹੋਵੇਗਾ। ਵੈਸੇ ਤਾਂ ਬਹੁਤ ਵੱਡਾ ਟੋਪਿਕ ਹੈ, ਬਟ ਮੈਂ ਸ਼ੋਰਟ 'ਚ ਤੁਹਾਨੂੰ ਸਮਝਾਇਆ ਤਾਂ ਕਿ ਤੁਸੀਂ ਪ੍ਰੀਵੀਅਸ ਈਅਰ ਕੁਸ਼ਚਨ ਕਰ ਸਕੋ, ਕਿਉਂਕਿ ਆਪਣੀ ਸੀਰੀਜ਼ ਪ੍ਰੀਵੀਅਸ ਈਅਰ ਕੁਸ਼ਚਨ ਦੀ, ਇਸ ਟਾਈਮ ਮੈਂ ਥਿਊਰੀ ਨਹੀਂ ਪੜਾ ਰਿਹਾ, ਸਿਰਫ ਪ੍ਰੀਵੀਅਸ ਈਅਰ ਕੁਸ਼ਚਨ ਕਰ ਰਹੇ ਹਾਂ ਆਪਾਂ, ਠੀਕ ਹੈ ਜੀ। ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ। ਅੰਨ ਰੋਟੀ, ਅੰਨ ਪਾਣੀ, ਅੰਨ ਦੇਵੀ, ਅੰਨ ਸ਼ਬਦ। ਹੁਣ ਤੁਸੀਂ ਆਪਾਂ ਕਈ ਵਾਰੀ ਸੁਣਿਆ ਅੰਨ ਪਾਣੀ, ਹੈ ਨਾ, ਕਿੰਨੀ ਵਾਰੀ ਸੁਣਿਆ ਅੰਨ ਪਾਣੀ, ਤਾਂ ਇਹਦਾ ਆਂਸਰ ਕੀ ਆਏਗਾ, ਏ ਬੀ ਆਪਸ਼ਨ, ਅੰਨ ਪਾਣੀ, ਠੀਕ ਹੈ ਜੀ। ਚਲੋ ਅਗਲਾ ਕਰਦੇ ਹਾਂ ਜੀ ਸਵਾਲ, ਸਾਰੇ ਪੈਨ ਕਾਪੀ ਲੈ ਕੇ ਟੈਸਟ ਲਈ ਜਾਇਆ ਜੇ। ਸੇਮ ਦੁਬਾਰਾ ਆ ਗਿਆ, ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ, ਦੇਖੋ ਪਹਿਲੀ ਗੱਲ ਤਾਂ ਮੁਨੇ ਪੜਿਆ ਜਿਹਦੇ ਜੋੜ ਨਹੀਂ ਲੱਗੇ ਹੋਵੇ, ਤਾਂ ਬਾਕੀ ਤਿੰਨ ਆਪਸ਼ਨ ਜੋੜ ਨਹੀਂ ਲੱਗੀ ਨਹੀਂ, ਤਾਂ ਇਹਨੂੰ ਸਿੱਧਾ ਹੀ ਆਪਸ਼ਨ ਬਣ ਗਿਆ ਏ ਆਪਸ਼ਨ, ਜੋੜਨੀ ਵਾਲਾ, ਅੰਨ ਪਾਣੀ, ਠੀਕ ਹੈ ਜੀ। ਇਹ ਆਪਾਂ ਨੂੰ ਇਹ ਤੁਹਾਨੂੰ ਪਤਾ ਲੱਗਦਾ ਕਿ ਜਿਹੜੇ ਜੋੜਨੀ ਵਾਲੇ ਉਹ ਹੀ ਸਮਾਸੀ ਸ਼ਬਦ ਜਿਹਦੇ ਜੋੜ ਨਹੀਂ ਲੱਗੇ ਹੁੰਦੇ, ਜੋੜ ਨਹੀਂ ਲੱਗੇ ਨਾ, ਦੇਖੋ ਧਿਆਨ ਨਾਲ, ਇਹ ਸੈਂਟਰ 'ਚ ਜੋੜ ਨਹੀਂ ਲੱਗੀ ਇੱਥੇ, ਤਾਂ ਇਹ ਕੀ ਹੋ ਗਿਆ, ਅੰਨ ਪਾਣੀ। ਅਗਲਾ ਸਮਾਸੀ ਸ਼ਬਦ ਚੁਣੋ, ਤੀਵੀਂ ਸੁਹਾਗਣ, ਕੁੜੀ ਸੁਹਾਗਣ, ਜੁਆਕ ਸੁਹਾਗਣ ਅਤੇ ਬੁੱਢ ਸੁਹਾਗਣ। ਦੇਖੋ ਇਹ ਇੱਕ ਤਰ੍ਹਾਂ ਦਾ ਇਹਨਾਂ 'ਚੋਂ ਜਿਹੜਾ ਆਪਸ਼ਨ ਹੈ ਇਹਦਾ ਆਂਸਰ ਹੈ ਬੁੱਢ ਸੁਹਾਗਣ। ਕਿਉਂ ਬੁੱਢ ਸੁਹਾਗਣ ਦਾ ਆਂਸਰ ਹੈ, ਕਿਉਂਕਿ ਬੁੱਢ ਸੁਹਾਗਣ ਇੱਕ ਤਰ੍ਹਾਂ ਦਾ ਆਸ਼ੀਰਵਾਦ ਹੁੰਦਾ ਹੈ ਕਿ ਜਿਹੜਾ ਕੋਈ ਬੰਦਾ ਬਜ਼ੁਰਗ ਵੀ ਹੋਵੇ ਅਤੇ ਸੁਹਾਗਣ ਵੀ ਰਹੇ, ਮਤਲਬ ਆਪਾਂ ਕਹਿੰਦੇ ਤੂੰ ਬੜੀ ਲੰਬੀ ਉਮਰ ਤੱਕ ਸੁਹਾਗਣ ਰਵੇਂ, ਤਾਂ ਇੱਕ ਤਰ੍ਹਾਂ ਦੀ ਇਹ ਆਸ਼ੀਰਵਾਦ ਹੈ, ਕਹਿੰਦਾ ਆਂਸਰ ਕੀ ਆਏਗਾ, ਬੁੱਢ ਸੁਹਾਗਣ, ਠੀਕ ਹੈ ਜੀ। ਅਗਲਾ ਭੇਡਾਂ ਦੀ ਚਾਲ ਦਾ ਕਿਹੜਾ ਸਮਾਸ ਸ਼ਬਦ, ਭੇਡਾਂ ਦੀ ਚਾਲ ਆਪਾਂ ਨੂੰ ਕੀ ਕਹਿੰਦੇ ਹਾਂ, ਭੇਡ ਚਾਲ, ਠੀਕ ਹੈ ਨਾ। ਆਪਸ਼ਨ ਕੀ ਆਏਗਾ, ਇਹ ਵੈਸੇ ਵੀ ਵੇਖ ਲਓ ਬਾਕੀ ਸਾਰਿਆਂ 'ਚ ਜੋੜਨੀ ਨਹੀਂ ਲੱਗੀ ਹੋਈ, ਜਿਸ ਜੋੜਨੀ ਨਹੀਂ ਲੱਗੀ ਤਾਂ ਸਮਾਸੀ ਹੋ ਹੀ ਨਹੀਂ ਸਕਦਾ, ਤਾਂ ਦਾ ਆਂਸਰ ਕੀ ਆਏਗਾ, ਭੇਡ ਚਾਲ। ਅਗਲਾ ਹੇਠ ਲਿਖਿਆਂ ਵਿੱਚ ਸਮਾਸੀ ਸ਼ਬਦ ਚੁਣੋ, ਇਹ ਕਿਹੜਾ ਜੀ, ਇਹ ਜੀ ਜਵਾਈ ਕਰ,
दौड़ कोड़, तोता दुद्ध, इधर उधर, देखो एक ही जुड़ता पे, इधर ते उधर, इधर ते उधर। अगला ये तो जो पढ़ते हैं ना जोड़ के बन जाता है। अच्छा पत्तियां का चढ़ना, अपन पता है एक मौसम है अपने पत्तियां चढ़ने, पत्त चढ़ तो ऑप्शन क्या आएगा, डी ऑप्शन पत्त चढ़। मैंने लगता है सारे अच्छे नंबर आते होने, बाकी प्रीवियस ईयर से सारे क्वेश्चन ने, बट फिर भी बच्चे गलत कर रहे हैं, पता नहीं क्यों, एडे सिंपल क्वेश्चन आते हैं। चुगल ते खोर, देखो पहली गल तो वेखो ए बी ते डी जोड़ने नहीं लगी, मतलब आंसर सी ऑप्शन होएगा, बट सी ऑप्शन पढ़ के लो लिखा गया चुगल खोर, तो अपन पता चुगल करने वाला कहता है चुगल खोर, तो चुगल ते खोर की कहोंगे चुगल खोर। अगला चिट्टी दाढ़ी वाला, देखो चिट्टी दाढ़ी वाले की कहते हैं चिट्टी दाढ़ियाँ, गलत ऑप्शन, चिट्टी दाढ़ी वाला पहली गल जोड़नी लगी नहीं, डी ऑप्शन दाढ़ी चिट्टी नहीं हो सकता, सी ऑप्शन पढ़ो, कहता चिट दाढ़िया, की कहने अपन चिट दाढ़िया, ठीक है जी, चिट्टी दाढ़ी वाला कहना चिट दाढ़िया। अगला हेठ लिखा समाशी शब्द चुनो, जित अते हार जोड़नी नहीं लगी, हारी अते हार जोड़नी नहीं लगी, जित हार ये हो सकता है, सी ऑप्शन जिंदे जोड़नी लगी है जित हार। मैं तुम्हें पहला थ्योरी समझाया जिंदे जोड़नी लगी हो समासी शब्द होंगे, ठीक है जी। अगला पेड़ा दी चाल, हूँ आप पढ़िया पेड़ा दी चाल, पहले गल ए बी तो सी जोड़नी लगी नहीं तो आंसर क्या आएगा, डी ऑप्शन, ठीक है, तो इतने की पेड़ चाल, ठीक है, थोड़ी स्पैलिंग मिस्टेक है, तो क्या आएगा पेड़ चाल। अगला चुगल अते खोर समासी शब्द कड़ा है, हमने आप पढ़िया चुगल अते खोर की होंगे चुगल खोर, बाकी सारे जोड़नी लगी नहीं तो आंसर क्या आएगा चुगल खोर। अगला इन्ने क्वेश्चन से देखो जिहड़े प्रीवियस ईयर आए हुए सी, आई होप तुहानूं सारा समझ आया होगा, इहदे नंबर जरूर नोट कर लिओ, 12 क्वेश्चन शायद आपां कीते ने, 11 या 12 क्वेश्चन, तां ਇਹ ਪ੍ਰੀਵੀਅਸ ਈਅਰ ਦੇ ਸਾਰੇ ਕੁਸ਼ਚਨ ਨੇ, ਬੜੇ ਸਿੰਪਲ ਕੁਸ਼ਚਨ ਆਉਂਦੇ ਨੇ, ਬਹੁਤ ਸਿੰਪਲ ਜਿਹਾ ਟੋਪਿਕ ਹੈ, ਠੀਕ ਹੈ, ਇਹਦੇ ਆਪਾਂ ਨੰਬਰ ਨਹੀਂ ਗਵਾਉਣੇ, ਠੀਕ ਹੈ ਜੀ, ਚਲੋ ਆਪਾਂ ਅਗਲਾ